ਗੁੱਡ ਮਾਰਨਿੰਗ ਦੋਸਤੋ, ਆ 75 ਹਾਰਡ ਦੱਸ ਦਿਆਂ ਨੂੰ 46ਵਾਂ ਅਤੇ ਆਪਾਂ ਚੱਲੇ ਹਾਂ ਜਿੰਮ। ਚਲੋ ਜਿੰਮ ਚੱਲ ਕੇ ਮਿਲਦੇ ਹਾਂ ਤੁਹਾਨੂੰ। ਦੋਸਤੋ ਆਪਾਂ ਪਹੁੰਚ ਗਏ ਹਾਂ ਜਿੰਮ ਅਤੇ ਆਪਾਂ ਖੜ੍ਹਾ ਕਰ ਦਿੰਦੇ ਹਾਂ ਆਪਣਾ ਸਾਈਕਲ ਅਤੇ ਚੱਲਦੇ ਅੰਦਰ ਐਕਸਰਸਾਈਜ਼ ਲਈ। ਹਾਂਜੀ ਦੋਸਤੋ, ਆਪਾਂ ਰੋਜ਼ ਨੂੰ ਜਿੰਮ ਆ ਕੇ ਸਭ ਤੋਂ ਪਹਿਲਾਂ ਕੀਤੀ ਆ ਸਾਈਕਲਿੰਗ ਕੀਤੀ। ਅੱਜ ਆਪਾਂ ਪੂਰੇ 10 ਮਿੰਟ ਇਸ ਤੋਂ ਬਾਅਦ 'ਚ ਕਰਾਂਗੇ ਅਗਲੀ ਐਕਸਰਸਾਈਜ਼। ਅੱਜ ਆ ਲੈਗ ਦੀਆਂ ਐਕਸਰਸਾਈਜ਼ਾਂ ਅਤੇ ਆਪਾਂ ਸਭ ਤੋਂ ਪਹਿਲਾਂ ਲਾਉਣ ਡਿਆ ਲੈਗ ਕਰਲਿੰਗ ਅਤੇ ਇਹਨੂੰ ਆਪਾਂ ਇਹਦੇ ਲਾਏ ਆਪਾਂ ਪੂਰੇ 15 ਦੇ 3 ਸੈੱਟ ਅਤੇ ਕਾਫੀ ਟਫ ਐਕਸਰਸਾਈਜ਼ ਹੈ। ਫਿਰ ਲਾਏ ਇੱਦਾਂ ਲੰਮੇ ਪੈ ਕੇ ਕਰਲਸ, ਇਹਦੇ ਵੀ ਲਾਏ ਆਪਾਂ 15 ਦੇ 3 ਸੈੱਟ ਅਤੇ ਕਾਫੀ ਟਫ ਲੱਗਦੇ। ਫਿਰ ਲਾਏ ਆ ਆਪਾਂ ਸਕੌਡ ਅਤੇ ਸਕੌਡ ਟੈਕਨੀਕ ਬਿਲਕੁਲ ਸਹੀ ਨਹੀਂ ਸੀਗੀ ਭਾਅ ਜੀ, ਕਹਿੰਦੇ ਆ ਵੀ ਚਲੋ ਹੌਲੀ ਹੌਲੀ ਆਊਗੀ। ਅੱਜ ਪਹਿਲੇ ਦਿਨ ਲਾਏ ਰੋਡ ਦੇ ਨਾਲ ਅਤੇ ਟੈਕਨੀਕ ਥੋੜ੍ਹੀ ਜਿਹੀ ਗੜਬੜ ਆ, ਅਤੇ ਚਲੋ ਆਪਾਂ ਲਾਏ ਦੇ 12 ਦੇ 3 ਸੈੱਟ ਪੂਰੇ। ਫਿਰ ਲਾਈ ਦੋਸਤੋ ਲੈਗ ਪ੍ਰੈਸ ਅਤੇ ਲੈਗ ਪ੍ਰੈਸ ਦੇ ਲਾਏ ਆ ਪੂਰੇ ਆਪਾਂ 20 ਦੇ 4 ਸੈੱਟ, ਪਹਿਲੋਂ 20 ਕਿਲੋ, ਫਿਰ 40 ਅਤੇ ਫਿਰ 60 ਕਿਲੋ, ਇੱਦਾਂ ਇਨਕਰੀਜ਼ ਕੀਤਾ ਵੇਟ ਆ। ਪਹਿਲੀ ਲਾ ਰਹੇ ਹਾਂ ਆਪਾਂ 20 ਕਿਲੋ ਦੇ ਨਾਲ। ਉਸ ਤੋਂ ਬਾਅਦ 'ਚ ਲਾਏ ਆ ਲਿੰਜਸ ਅਤੇ ਇਹਦੇ ਲਾਏ ਆ 12 ਇੱਕ ਲੈਗ 'ਤੇ ਅਤੇ 12 ਦੂਜੀ ਲੈਗ 'ਤੇ, ਇਹਦੇ ਲਾਏ ਪੂਰੇ 3 ਸੈੱਟ ਅਤੇ ਕਾਫੀ ਹਾਰਡ ਏ ਲਿੰਜਸ, ਬਹੁਤ ਔਖੇ ਲੱਗਦੇ ਆ। ਆਹ ਵੇਖੋ ਹੁਣ ਦੂਜੀ ਲੈਗ 'ਤੇ ਲਾ ਰਹੇ ਹਾਂ ਆਪਾਂ। ਫਿਰ ਲਾਸਟ 'ਚ ਲਾਏ ਆਪਾਂ ਕਾਲਫ ਅਤੇ ਇਹਦੇ ਲਾਏ ਆਪਾਂ ਪੂਰੇ 18 ਅਤੇ 20, ਫਿਰ 18 ਅਤੇ 16, 4 ਸੈੱਟ ਇੱਦਾਂ ਲਾਏ ਆਪਾਂ। ਜਿੰਮ ਨੂੰ ਕਰਕੇ ਬਾਏ ਬਾਏ ਅਤੇ ਆਪਾਂ ਚੱਲੇ ਹਾਂ ਘਰ, ਆਖਰ ਆਪਣਾ ਸਾਈਕਲ ਚੁੱਕਦੇ ਹਾਂ। ਆਪਾਂ ਪਹਿਲਾਂ ਮਿਲ ਕਰਕੇ ਥੋੜ੍ਹੀ ਦੇਰ ਕਰਕੇ ਆਰਾਮ ਨਾਲ ਤੋਂ ਅਤੇ ਸੁਖਮਨੀ ਸਾਹਿਬ ਦੀ ਅਸਤਰੀ ਦਾ ਕਰ ਲਿਆ ਵਾ ਅਭਿਆਸ। ਹੁਣ ਆ ਗਏ ਆਪਾਂ ਆਊਟਡੋਰ ਵਰਕਆਊਟ 'ਤੇ ਅਤੇ ਸਭ ਤੋਂ ਪਹਿਲਾਂ ਲਾਏ ਆਪਾਂ ਸਕੌਟਸ। ਸਕੌਟ ਸਿੰਪਲ ਇਸ ਕਰਕੇ ਲਾਏ ਆ ਕਿ ਆਪਣੀ ਟੈਕਨੀਕ ਥੋੜ੍ਹੀ ਜਿਹੀ ਸਹੀ ਹੋ ਜਾਵੇ ਰੋਡ ਨਾਲ ਲਾਉਣ ਵਾਸਤੇ। ਇਹਦੇ ਲਾਏ ਆਪਾਂ 12 ਦੇ ਪੂਰੇ 7 ਸੈੱਟ। ਇਹ ਚਲਾਇਆ ਵਾ ਥੌੜਾ ਆਪਾਂ, ਇਹ ਥੌੜਾ ਚਲਾਇਆ 50 ਦੇ ਲਾਏ ਆ ਪੂਰੇ 4 ਸੈੱਟ ਆਪਾਂ। ਫਿਰ ਖਿੱਚਿਆ ਆਪਾਂ ਟਾਇਰ ਅਤੇ ਇਹਦੇ 4 ਚੱਕਰਾਂ ਦੇ ਲਾਏ ਆ ਪੂਰੇ 4 ਸੈੱਟ ਆਪਾਂ, ਯਾਨੀ ਕਿ 16 ਚੱਕਰ। ਫਿਰ ਲਾਏ ਸਟੈਪਸ, ਇਹਦੇ ਲਾਏ ਆ 50 ਦੇ ਆਪਾਂ 4 ਸੈੱਟ, ਯਾਨੀ ਕਿ 200। ਇਹ
ਇਹ ਆਪਣੀਆਂ ਲਾਸਟ ਐਕਸਰਸਾਈਜ਼। ਦੋਸਤੋ ਆ ਰਹੀ ਅੱਜ ਦੀ ਸੈਲਫੀ ਆਪਣੀ। ਹਾਂਜੀ ਦੋਸਤੋ, ਆ ਆਪਣਾ ਫਾਈਨਲ ਮੀਲ ਆ, ਚੌਲ ਅਤੇ ਇਹਦੇ ਵਿੱਚ ਮਟਰ ਪਾਏ ਹੋਏ ਆ। ਅਤੇ ਚਲੋ ਉਸ ਤੋਂ ਬਾਅਦ ਕਰਦੇ ਹਾਂ ਆਪਾਂ ਸਮਾਪਤੀ, ਮਿਲਦੇ ਹਾਂ ਕੱਲ੍ਹ ਨੂੰ ਨਵੀਂ ਵੀਡੀਓ ਦੇ ਵਿੱਚ।